प्रधान सुखबीर सिंह बादल ने अपने विधायक दे अहुदे तो अस्तीफा दे दिता है। उन्होंने स्पीकर नु अपना अस्तीफा भेज दिता है। अस्तीफे विच सुखबीर ने कहा है कि लोक सभा चोना विच उन्होंने फिरोजपुर हल्के तो चोन लड़ी सी ते ओह इत्थों सांसद मैंबर चुने गए सन, इसलिए ओह हुण जलालाबाद हल्के तो विधायक दे अहुदे तो अस्तीफा दे रहे हन। सुखबीर दे इस अस्तीफे नाल पंजाब विच जिमनी चोना दा भिड़ भखण दे आसार हन। दस दिए कि फिरोजपुर हल्के तो सुखबीर सिंह बादल अकाली भाजपा गठजोड़ दे सांझे उम्मीदवार सन। इस तो इलावा कांग्रेस वालों शेर सिंह घुबाया ते आम आदमी पार्टी वालों हरजिंदर सिंह नूं मैदान विच उतारिया गया सी, पर सुखबीर ने इत्थों वड्डे फर्क नाल जित हासिल कीती। गुरदासपुर दे नशा छड़ाऊ केंद्र विच हैरानीजनक मामला सामने आया है, जिथे 12 साल दा बच्चा पहुंचा है। यह बच्चा अजे 8वीं जमात विच पढ़ता है, पर उसने चरस अते शराब दी आदत पई हुई है। जदों उसके माता पिता नूं इस गल दा पता लग्या तां उन्होंने बच्चे नूं नशा छड़ाऊ केंद्र विच भर्ती करवाया। बच्चे मुताबिक ओह 4 सालां तों इस दलदल विच फसिया होया है। बच्चे ने कहा कि ओह नशा छड़ना तां चाहुंदा सी, पर नशा छड़न उत्ते उसकी हालत गंभीर हो जांदी सी। ਕੀ ਤੁਸੀਂ ਵਿਦੇਸ਼ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ? ਕੀ ਤੁਹਾਨੂੰ ਇੰਗਲਿਸ਼ ਬੋਲਣ 'ਚ ਪਰੇਸ਼ਾਨੀ ਹੋ ਰਹੀ ਹੈ? ਤਾਂ ਅੱਜ ਹੀ ਜੁਆਇਨ ਕਰੋ ਲਰਨਿੰਗ ਪੁਆਇੰਟ ਆਈਲੈਟਸ ਐਂਡ ਇਮੀਗ੍ਰੇਸ਼ਨ ਇੰਸਟੀਟਿਊਟ ਅਤੇ ਪੜ੍ਹੋ ਆਸਟ੍ਰੇਲੀਆ ਦੀਆਂ ਟਾਪ ਯੂਨੀਵਰਸਿਟੀਜ਼ ਵਿੱਚ ਵਿਦ 6 ਓਵਰਆਲ ਬੈਂਡ ਦੇ ਨਾਲ, ਅਤੇ ਭਰੋ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ, ਐਡਵਾਂਸ ਓਨਲੀ ਐਮਬੈਸੀ ਫੀਸ ਤੇ 6 ਤੋਂ 8 ਬੈਂਡ ਦੀ ਗਾਰੰਟੀ, ਬੈਂਡ ਨਾ ਆਉਣ ਤੇ ਪੂਰੀ ਫੀਸ ਵਾਪਸ। ਦੈਨ ਵਿਜ਼ਿਟ ਟੂ ਲਰਨਿੰਗ ਪੁਆਇੰਟ ਇੰਸਟੀਟਿਊਟ, ਬੈਂਕ ਬਾਜ਼ਾਰ ਓਪੋਜ਼ਿਟ ਐਚਡੀਐਫਸੀ ਬੈਂਕ ਰਾਮਪੁਰਾ ਫੂਲ ਐਂਡ ਬਰਨਾਲਾ ਰੋਡ ਨੀਅਰ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ। ਹੋਰ ਜਾਣਕਾਰੀ ਲਈ ਸੰਪਰਕ ਕਰੋ ਰਾਮਪੁਰਾ ਫੂਲ ਦੇ ਨੰਬਰ 9517190016 ਅਤੇ ਬਿਲਾਸਪੁਰ ਦੇ ਨੰਬਰ 8559044004 ਤੇ। ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਿੱਟ ਵੱਲੋਂ ਸਿੱਧ ਕੀਤਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਤ ਸੁਮੇਧ ਸਿੰਘ ਸੈਣੀ ਅਤੇ ਡੇਰਾ ਸਿਰਸਾ ਮੁਖੀ ਮੁੱਖ ਜ਼ਿੰਮੇਵਾਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਦੇ ਪ੍ਰੈਸ ਕਲੱਬ 'ਚ ਕੀਤੀ ਕਾਨਫਰੰਸ 'ਚ ਕੀਤਾ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਇਹ ਮੰਗ ਕਰਦਾ ਹੈ ਕਿ ਸੁਖਬੀਰ ਨੂੰ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਮੁਆਫ਼ੀ ਮੰਗਣੀ ਚਾਹੀਦੀ ਹੈ। ਸੁਖਬੀਰ ਨੇ ਸਭ ਕੁਝ ਜਾਣਦੇ ਹੋਏ ਲੋਕਾਂ ਤੇ ਜ਼ੁਲਮ ਕੀਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ 2007 'ਚ ਜਦੋਂ ਡੇਰਾ ਸਿਰਸਾ ਦੇ ਮੁਖੀ ਨੇ ਗੁਰੂ ਸਾਹਿਬ ਦੀ ਪੋਸ਼ਾਕ ਪਾ ਕੇ ਬੇਅਦਬੀ ਕੀਤੀ ਸੀ, ਤਾਂ ਉਸ ਸਮੇਂ ਉਸ ਖਿਲਾਫ਼ ਦਰਜ ਹੋਈ FIR ਤੇ ਅਕਾਲੀ ਦਲ ਨੇ ਕੋਈ ਕਾਰਵਾਈ ਨਹੀਂ ਸੀ ਹੋਣ ਦਿੱਤੀ। ਅਜਿਹਾ ਇਸ ਕਰਕੇ ਹੋਇਆ ਸੀ ਕਿਉਂਕਿ ਉਨ੍ਹਾਂ ਦੋਵਾਂ 'ਚ ਵੋਟਾਂ ਨੂੰ ਲੈ ਕੇ ਸੈਟਿੰਗ ਹੋ ਚੁੱਕੀ ਸੀ ਅਤੇ ਵੋਟਾਂ ਦੀ ਸੈਟਿੰਗ ਕਾਰਨ ਹੀ ਉਸ ਦਾ ਕੇਸ ਰੱਦ ਹੋ ਗਿਆ ਸੀ। ਬਹੁਤ ਸਾਰੇ ਤੱਤਾਂ ਤੋਂ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਸੀ, ਜਿਸ ਕਾਰਨ ਉਨ੍ਹਾਂ ਨੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਆਈਟੀ ਨੇ ਚਲਾਨ ਪੇਸ਼ ਕੀਤਾ 28 ਮਈ ਫਰੀਦਕੋਟ ਦੀ ਅਦਾਲਤ ਵਿੱਚ। ਉਹਦੇ ਹੁਣ ਸਪਸ਼ਟ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਤੇ ਜਿਹੜੀ ਸਾਜ਼ਿਸ਼ ਦੇ ਦੋਸ਼ੀ ਨੇ ਉਹ 3 ਵਿਅਕਤੀਆਂ ਨੂੰ ਹੋਲਡ ਕੀਤਾ SIT ਨੇ। ਸੁਖਬੀਰ ਸਿੰਘ ਬਾਦਲ, ਉਸ ਵਕਤ ਦੇ DGP ਸੁਮੇਧ ਸਿੰਘ ਸੈਣੀ ਅਤੇ ਡੇਰਾ ਮੁਖੀ ਸੱਚਾ ਸੌਦਾ, ਇਹਨਾਂ ਤਿੰਨਾਂ ਦੀ ਸਾਜ਼ਿਸ਼ ਦੇ ਤਹਿਤ ਰਿਪੀਟਿਡਲੀ 2015 ਵਿੱਚ ਜਿਹੜੇ 15 ਇੰਸੀਡੈਂਟਸ ਹੋਏ ਨੇ, ਇਨਕਲੂਡਿੰਗ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਇੰਸੀਡੈਂਟਸ, ਉਹ ਸਾਰੇ SIT ਨੇ ਉਸ ਸਾਰੀਆਂ ਬੇਅਦਬੀਆਂ ਲਈ ਸੁਖਬੀਰ ਸਿੰਘ ਬਾਦਲ ਤੇ ਡੇਰਾ ਸੱਚਾ ਸੌਦਾ ਦਾ ਗੁਰਮੀਤ ਰਾਮ ਰਹੀਮ ਨੂੰ ਤੇ ਸੁਮੇਧ ਸਿੰਘ ਸੈਣੀ ਨੂੰ ਦੋਸ਼ੀ ਪਾਇਆ ਹੈ। ਇਸ ਲਈ ਸਭ ਤੋਂ ਪਹਿਲਾਂ ਕੇਸ ਤੋਂ ਕਿ ਮੈਂ ਕੋਈ ਗੱਲ ਹੋਰ ਮੰਗ ਅੱਗੇ ਚੱਲਾਂ, ਮੈਂ ਮੰਗ ਕਰਦਾ ਸੀ ਪੰਜਾਬ ਦੇ ਲੋਕ, ਨਾ ਸਿਰਫ ਕੋਈ ਇੱਕ ਪਾਰਟੀ ਨਾ ਕੋਈ ਇੱਕ ਵਰਗ, ਬਲਕਿ ਸਮੂਹ ਪੰਜਾਬ ਦੇ ਲੋਕ ਇਹ ਮੰਗ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਵਾ। ਔਰ ਸਿੱਖ ਆਵਾਮ ਦੇ ਕੋਲੋਂ ਡੇਰਾ ਜੋ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਨੇ, ਉਹਨਾਂ ਕੋਲੋਂ ਇੱਕ ਪਬਲਿਕ ਜਨਤਕ ਮਾਫੀ ਮੰਗਣੀ ਚਾਹੀਦੀ ਆ। ਜੋ ਇਹਨੇ ਭੰਬੜੂ ਸਾਹਿਬ ਆਇਆ ਇਹਦੀ ਪੋਸ਼ਾਕ ਦੀ ਬੇਅਦਬੀ ਕੀਤੀ ਸੀ, ਪਹਿਨ ਕੇ ਬੇਅਦਬੀ, ਉਸ ਪੋਸ਼ਾਕ ਨੂੰ ਪਹਿਨ ਕੇ ਪਹਿਲਾ ਜਿਹੜਾ ਘਟਨਾਕ੍ਰਮ ਵੱਡਾ ਬੇਅਦਬੀ ਦਾ ਹੋਇਆ ਸੀਗਾ 2007 ਤੋਂ ਬਾਅਦ। ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਉਹਦੇ ਖਿਲਾਫ ਜਿਹੜਾ ਔਰ ਉਹ ਸਾਰੇ ਚਾਰਜਸ ਜਿਹੜੇ ਸੀ FIR ਦੇ ਉਹ ਬਠਿੰਡਾ ਦੀ ਅਦਾਲਤ ਵਿੱਚ ਪਹੁੰਚ ਗਏ। ਲੇਕਿਨ 7 ਤੋਂ ਲੈ ਕੇ 12 ਤੱਕ ਇਸ ਸਾਰੀ ਤਹਿਕੀਕਾਤ ਦੇ ਉੱਤੇ ਕੋਈ ਇੰਪੋਰਟੈਂਟ ਤੱਥ ਪੰਜਾਬ ਦੀ ਪੁਲਿਸ ਜਾਣ ਕੇ ਨਹੀਂ ਪੇਸ਼ ਕੀਤੇ ਬਠਿੰਡਾ ਦੀ ਅਦਾਲਤ ਵਿੱਚ, ਕਿਉਂਕਿ ਇਸ ਦਰਮਿਆਨ ਬਾਦਲ ਦੇ ਟੱਬਰ ਨੇ ਤੇ ਗੁਰੂ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੇ
ਆਪਸ ਵਿੱਚ ਵੋਟਾਂ ਦੀ ਲੈਣ ਦੇਣ ਦੀ ਜਿਹੜੀ ਸੀਗੀ ਗੱਠਜੋੜ ਉਹ ਕਰ ਚੁੱਕੇ ਸੀ ਔਰ 2012 ਚ ਸਰਕਾਰ ਛੱਡਣ ਤੋਂ ਪਹਿਲਾਂ ਬਠਿੰਡਾ ਦੀ ਅਦਾਲਤ ਵਿੱਚ ਬਾਦਲ ਦੀ ਪੁਲਿਸ ਇਹੀ ਪੁਲਿਸ ਕੈਂਸਲੇਸ਼ਨ ਰਿਪੋਰਟ ਫਾਈਲ ਕਰਦੀ ਆ ਜਿਹੜਾ ਪੋਸ਼ਾਕ ਨੂੰ ਲੈ ਕੇ ਬੇਅਦਬੀ ਦਾ ਮਾਮਲਾ ਰਜਿਸਟਰ ਹੋਇਆ ਸੀਗਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਬਠਿੰਡੇ ਔਰ ਸਾਡਾ ਮੰਨਣਾ ਵਾ ਕਿ ਇਹ ਇਸ ਲਈ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਗਈ ਕਿਉਂਕਿ ਪਹਿਲਾਂ ਇਸ ਬੇਅਦਬੀ ਨੂੰ ਪ੍ਰੈਸ਼ਰ ਵਜੋਂ ਵਰਤ ਕੇ ਉਸ ਡੇਰੇ ਦੇ ਮੁਖੀ ਦੇ ਉੱਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਗਿਆ ਤੇ ਜਦੋਂ ਉਸ ਨਾਲ 2012 ਵਿੱਚ ਸਮਝੌਤਾ ਹੋ ਗਿਆ ਵੋਟਾਂ ਦਾ ਤਾਂ ਉਸ ਵੇਲੇ ਬਾਦਲ ਦੀ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਫਾਈਲ ਕਰਤੀ ਇਹ ਕੇਸ ਮੁੜ ਕੇ 2014 ਵਿੱਚ ਫੋਰ ਵਾਂਟ ਆਫ ਐਵੀਡੈਂਸ ਫੋਰ ਵਾਂਟ ਆਫ ਫੋਰ ਨੋਨ ਪ੍ਰੈਜੈਂਟੇਸ਼ਨ ਆਫ ਚਾਰਜਸ਼ੀਟ ਇਹ ਜਿਹੜਾ ਸੀਗਾ ਕੇਸ 2014 ਵਿੱਚ ਅਦਾਲਤ ਨੇ ਇਸ ਨੂੰ ਡਿਸਮਿਸ ਕਰ ਦਿੱਤਾ ਤਾਂ ਸਾਡਾ ਇਹ ਮੰਨਣਾ ਕਿ ਬੇਸ ਜਿਹੜਾ ਸੀਗਾ ਆਧਾਰ ਬਣਾਇਆ ਗਿਆ ਬੇਅਦਬੀ ਦਾ ਔਰ ਜੋ ਸੁਖਬੀਰ ਬਾਦਲ ਦੀ ਮਿਲੀ ਭੁਗਤ ਸੀਗੀ ਇਹ 2012 ਦੀ ਕੈਂਸਲੇਸ਼ਨ ਰਿਪੋਰਟ ਵਿੱਚ ਸਾਬਤ ਹੋ ਜਾਂਦੀ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਉਹਨਾਂ ਨੇ ਕਿਹਾ ਕਿ ਸਾਡਾ ਕੀ ਵਿਗਾੜ ਲਿਆ ਅਖੌਤੀ ਅਕਾਲੀ ਸਰਕਾਰ ਨੇ ਸਾਡਾ ਕੀ ਵਿਗਾੜ ਲਿਆ ਪੰਜਾਬ ਦੀ ਸਰਕਾਰ ਨੇ ਅਸੀਂ ਬੇਅਦਬੀ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੋਸ਼ਾਕ ਪਹਿਨ ਕੇ ਉਹਦੀ ਬਰਾਬਰਤਾ ਕੀਤੀ ਆ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਵਜੋਂ ਪੇਸ਼ ਕਰ ਦਿੱਤਾ ਇਹਨਾਂ ਨੇ ਕੀ ਵਿਗਾੜ ਲਿਆ ਮੇਰਾ ਉਸ ਤੋਂ ਬਾਅਦ ਜਿਹੜੀਆਂ ਬੇਅਦਬੀਆਂ ਦਾ ਲੜੀ ਸ਼ੁਰੂ ਹੋਈ ਇਹ ਸਾਰਾ ਕੁਛ ਸੁਖਬੀਰ ਬਾਦਲ ਦੀ ਨੌਲੇਜ ਵਿੱਚ ਸੀ ਐਸ ਪਰ ਦੀ ਐਸ ਆਈ ਟੀ ਚਲਾਨ ਪ੍ਰੈਜੈਂਟਡ ਔਨ 28 ਔਰ ਉਸ ਤੋਂ ਬਾਅਦ ਸੁਖਬੀਰ ਨੇ ਬਜਾਏ ਗੁਨਾਹਗਾਰਾਂ ਤੇ ਐਕਸ਼ਨ ਲੈਣ ਦੇ ਹਾਲਾਂਕਿ ਉਹਨਾਂ ਨੇ ਪੋਸਟਰ ਲਾ ਕੇ ਛਾਪ ਦਿੱਤਾ ਸੀਗਾ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਕਿ ਤੁਹਾਡੇ ਗੁਰੂ ਨੂੰ ਅਸੀਂ ਚੱਕ ਲਵਾਂਗੇ ਤੇ ਅਗਰ ਬਚਾ ਸਕਦੇ ਹੋ ਤਾਂ ਬਚਾ ਲਓ ਇਹ ਸਾਰੀਆਂ ਵਾਰਨਿੰਗ ਸੀਗੀਆਂ ਔਰ ਸੁਖਬੀਰ ਬਾਦਲ ਦੀ ਨੌਲੇਜ ਵਿੱਚ ਸੀਗਾ ਤੇ ਇਹਨਾਂ ਨੇ ਕੁਛ ਨਹੀਂ ਕੀਤਾ ਤੇ ਅਲਟੀਮੇਟਲੀ ਇੱਕ ਸੀਰੀਜ਼ ਆਫ ਜਿਹੜਾ ਬੇਅਦਬੀਆਂ ਦਾ ਇੱਕ ਚੱਲਿਆ ਸਿਲਸਿਲਾ ਪੰਜਾਬ ਦੇ ਵਿੱਚ ਲੋਕਾਂ ਦੇ ਜਜ਼ਬਾਤ ਭੜਕੇ ਬਠਿੰਡਾ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਪੰਜਾਬੀ ਵਿੱਚ ਸਹੁੰ ਚੁੱਕਣਗੇ ਪਰ ਉਹਨਾਂ ਨੇ ਹਿੰਦੀ ਤੇ ਪੰਜਾਬੀ ਦੀ ਥਾਂ ਅੰਗਰੇਜ਼ੀ ਭਾਸ਼ਾ ਵਿੱਚ ਸਹੁੰ ਚੁੱਕੀ ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਖੁੱਲ ਕੇ ਆਲੋਚਨਾ ਹੋ ਰਹੀ ਹੈ ਮੈਂ ਹਰਸਿਮਰਤ ਕੌਰ ਬਾਦਲ ਡੂ ਸਵੇਅਰ ਇਨ ਦ ਨੇਮ ਆਫ ਗੋਡ ਦੈਟ ਆਈ ਵਿਲ ਬੇਅਰ ਟਰੂ ਫੇਥ ਐਂਡ ਅਲੀਜੈਂਸ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ ਐਸ ਬਾਈ ਲਾਅ ਐਸਟੈਬਲਿਸ਼ਡ ਦੈਟ ਆਈ ਵਿਲ ਅਪਹੋਲਡ ਦ ਸੋਵਰਨਿਟੀ ਐਂਡ ਦ ਇੰਟੈਗ੍ਰਿਟੀ ਆਫ ਇੰਡੀਆ that I will faithfully and conscientiously discharge my duties as a minister for the union and that I will do right to all manner of people in accordance with the constitution and the law without fear or favor affection or ill will I Harsimrat Kaur Badal do swear in the name of God that I will not directly or indirectly communicate or reveal to any person or persons any matter which shall be brought under my consideration or shall become known to me as a minister for the union except as may be required for the due discharge of my duties as such minister ਦੱਸਦੀ ਹੈ ਕਿ ਹਰਸਿਮਰਤ ਬਾਦਲ ਬਠਿੰਡਾ ਤੋਂ ਲਗਾਤਾਰ ਤੀਜੀ ਵਾਰ ਸਾਂਸਦ ਚੁਣੇ ਗਏ ਹਨ ਜੋ ਮੋਦੀ ਸਰਕਾਰ ਦੀ ਪਹਿਲੀ ਪਾਲੀ ਚ ਫੂਡ ਪ੍ਰੋਸੈਸਿੰਗ ਮੰਤਰੀ ਰਹੇ ਉਹਨਾਂ ਨੇ 2009 ਚ ਬਠਿੰਡਾ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਤੇ ਕਾਂਗਰਸੀ ਉਮੀਦਵਾਰ ਰਣਿੰਦਰ ਸਿੰਘ ਨੂੰ ਹਰਾਉਣ ਵਿਚ ਕਾਮਯਾਬ ਹੋਏ ਸਨ 2014 ਵਿਚ ਮੁੜ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਤੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਹਰਾਇਆ ਇਸੇ ਤਰ੍ਹਾਂ 2019 ਵਿਚ ਹੈਟ੍ਰਿਕ ਮਾਰਦੇ ਹੋਏ ਕਾਂਗਰਸ ਦੇ ਰਾਜਾ ਵੜਿੰਗ ਨੂੰ ਮਾਤ ਦਿੱਤੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੇ ਮੰਤਰੀਆਂ ਤੇ ਸੀਨੀਅਰ ਆਗੂਆਂ ਵੱਲੋਂ ਚੁੱਕੇ ਸਵਾਲਾਂ ਉੱਤੇ ਖੁੱਲ ਕੇ ਬੋਲੇ ਹਨ ਉਹਨਾਂ ਕਿਹਾ ਕਿ ਸੂਬੇ ਦੇ 50 ਦੇ ਕਰੀਬ ਵਿਭਾਗਾਂ ਨੂੰ ਛੱਡ ਕੇ ਸਿਰਫ ਉਹਨਾਂ ਦੇ ਵਿਭਾਗ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਜਿਨ੍ਹਾਂ 8 ਸੀਟਾਂ ਉੱਤੇ ਕਾਂਗਰਸੀ ਉਮੀਦਵਾਰ ਜਿੱਤੇ ਹਨ ਕਿ ਉਹਨਾਂ ਦੇ ਵਿਭਾਗ ਕੋਈ ਹੋਰ ਵੇਖ ਰਿਹਾ ਹੈ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਪਰ ਉਹ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਗੇ ਉਹਨਾਂ ਕਿਹਾ ਕਿ ਜਦੋਂ ਸ਼ਹਿਰਾਂ ਦੇ ਮੇਅਰ ਚੁਣੇ ਗਏ ਸਨ ਤਾਂ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਸੀ ਇਹ ਚੋਣ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਉਹ ਕਾਰਪੋਰੇਸ਼ਨਾਂ ਵਿੱਚ ਹੁੰਦੀਆਂ ਬੇਨਾਮੀਆਂ ਰੋਕਣ ਗਏ ਤਾਂ ਆਪਣਿਆਂ ਨੇ ਹੀ ਉਹਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਉਹਨਾਂ ਕਿਹਾ ਕਿ ਕੈਪਟਨ ਦੱਸਣ ਕਿ ਪਿਛਲੇ 40 ਸਾਲਾਂ ਵਿੱਚ ਬਠਿੰਡਾ ਸੀਟ ਕਾਂਗਰਸ ਨੇ ਕਦੋਂ ਜਿੱਤੀ ਤੇ ਮੈਂ ਇਕੱਲਾ ਹਾਰ ਲਈ ਜ਼ਿੰਮੇਵਾਰ ਕਿਵੇਂ ਹੋ ਗਿਆ ਉਹਨਾਂ ਇਹ ਵੀ ਕਿਹਾ ਕਿ ਕੈਪਟਨ ਖੁਦ 25,000 ਵੋਟਾਂ ਦੇ ਫਰਕ ਨਾਲ ਲੰਬੀ ਤੋਂ ਹਾਰੇ ਸਨ ਸੱਚ ਔਰ ਯਥਾਰਥ ਦੇ ਧਰਾਤਲ ਦੇ ਉੱਤੇ ਖੜੇ ਹੋ ਕੇ ਕੋਈ ਚੀਜ਼ ਸਿੱਖੀ ਕਿ ਜਦੋਂ ਸਰਕਾਰ ਚੱਲਦੀ ਹੈ ਤੇ ਕਲੈਕਟਿਵ ਰਿਸਪੋਂਸਿਬਿਲਿਟੀ ਹੁੰਦੀ ਹੈ ਸਾਰਿਆਂ ਦੀ ਰਿਸਪੋਂਸਿਬਿਲਿਟੀ ਮਿਲ ਜੁਲ ਕੇ ਹੁੰਦੀ ਹੈ ਪਰ ਕਿਉਂਕਿ ਇੱਕ ਵਾਰ ਨਹੀਂ ਇਹ 7ਵੀਂ 8ਵੀਂ ਵਾਰ ਹੈ ਕਿ ਇਕੱਲਾ ਸਿੱਧੂ ਕੱਢਿਆ ਜਾਂਦਾ
और ओही एक दो तीन चार पांच छे मेरे भरा ने ओही गल्लां हुंदियां ने ते मेरे वल्लों उन्हां दे खिलाफ अज तक एक शब्द नहीं निकलिया। ऐतकी भी होया लेकिन ऐतकी गल कुछ बाली ज्यादा अगे दी चली गई और उस कलैक्टिव रिस्पोंसिबिलिटी चो कला पंजाह डिपार्टमेंट चो सिद्धू का डिपार्टमेंट अगे लिया के खड़ा कर दिता गया। मैं अज तक नहीं सुनिया भी सरकार दे विच करे एक बंदे दे उत्ते उंगल उठी होवे। मैं एक गल उदों जिहड़ी गल कही है उहदे च मैनूं इक गल सुखे दा नाम लिया। मैं कहा भाई जिहड़े कांग्रेस की पिट्ठ छुरा फूंकदे है उहनां नूं ठोक दिओ की गलत है भाई। मैं कहदा नाम लिया किहनूं कहा ते जे किसे नूं मैं कहना जे मैं अपने किसी भी स्टैंड तो एक इंच पिछे होव तो फिर मैं नवजोत सिंह सिद्धू ट्विटर के उत्ते किसी का ना लिखा। ट्विटर के उत्ते मैं एक करोड़ 120 करोड़ हिंदुस्तानियों को कहना है कि 7 लाख बंदे ट्विटर से। मैं 20 साल क्रिकेट खेली है 20 साल टीवी के उत्ते राज किया है 30 करोड़ रुपया टीवी के उत्ते कमाया अच्छे पंजाब लिए खड़ा तो खड़ा सारी उम्र खड़ा एक इंच नहीं जाता। 40 साल बठिंडा कर जितया बादल सामने होने और 40 साल बठिंडा कर जितया कैप्टन साहब भी लड़े ऐसी सब तो घट लीड आई है 19-20 हज़ार के उत्ते। कैप्टन साहब लंबी तो लड़े 25 हज़ार से हरे कल एक हल्के चो कैप्टन साहब का मुंडा लड़िया 1,20,000 से उभरिया ये कला नवजोत सिद्धू जिम्मेवार हो गया तो नवजोत सिंह सिद्धू की गल का असर होर सीटा नहीं गया तो फिर वो 8 किवें जित गई। मेरे कोर्ट केस वेले होया ठीक है जदों करतारपुर साहब वाला कोरीडोर होया उदों होया उही बंदे उस तरह ही बोलते हैं ठीक है मेरे भरा ने मैं तो कदे नहीं बोलिया। मैं तो कदे अज तक दस दौ भी मैं कांग्रेस के किसी एक वर्कर के खिलाफ भी बोलिया हुआ मैं तो गाला भी कढ़ाई जानी मैं एक गल दसो उही ने 6-7 बंदे ठीक है और हमेशा तो उही चले आता मैं बोलिया कदे मैं उन्होंने बारे बोलिया किसी के बारे बोलिया अज यह 10% गल ही करनी है वो जो निर्णय लेना चाहन उन्हां दी मर्जी इस तो वध कुछ नहीं कहना। यह तुसी असैस कर लियो डिवेलपमेंट रिपोर्ट फिर मैं जारी कर दूंगा अपने डिपार्टमेंट की। मैनू यह दस देन भी इस डिपार्टमेंट च 5 सी 16 अमृत के शहरों के लिए 5 सी स्मार्ट सिटिया 5 सी मेरे डिपार्टमेंट च मेयर बनाए गए हैं मैनू कदे पुछया भी नहीं और वह मेयर सीएम साहब ने बनाया जी सदके मां बदौलत ने जो करन अज तक कदे क्वेश्चन कर ही नहीं सकते अज तो उन्होंने गल मननी होंगी वो मेयर उन्होंने ने हर अफसर जोड़ा अपॉइंट हों IAS उन्हों का है ठीक है कि नहीं जड़ी मर्जी जो मर्जी फाइल बुला के मैनू पूछ सकते मैं उन्होंने उदों भी जवाब दिता तो मैं उन्होंने अज भी जवाब दिना गल नूं सारी मतलब ओपन ट्रांसपेरेंट है मेरा कोई यह जी चीज़ नहीं ये चाहे वह फायर है चाहे वह STP ने चाहे वह पीण का पानी जोड़ा नहरी पानी है वो सुविधा है लेकिन अज साढ़े को उस कगार पर हैं कि साढ़े को सरपलस फंड है आफ्टर 65 पहला 66% रिजल्ट से अज 62% रिजल्ट है। मैं किसी तो उंगल नहीं चुकी ना मैं किसी उंगल चकदा समझ नहीं तो मैं ए दस दौ भी जोड़े ये सारे शहर ने टोटल इन्हों के 8 जोड़े जितते है उत्थे शहर नहीं गए अमृतसर च शहर नहीं है जी ये अमृत टाउन वाले शहर नहीं पटियाला शहर नहीं है जी लुधियाना शहर नहीं जिथे अनाउंसमेंटा हुई उही रिजल्ट है पहला 65% से अब 63% है समझे नहीं लेकिन क्योंकि इस कलैक्टिव रिस्पोंसिबिलिटी जो मैनू कढ़िया गया इस करके मैं जवाब अपने डिपार्टमेंट की वर्किंग का। सिद्धू ने अपने स्थानक सरकारा विभागा दियां प्राप्तियां गिनवाईयां ते कैप्टन वालों उन्हां नूं नॉन परफॉर्मर दा टैग दिते जाण नूं झूठा पाउण दी कोशिश कीती। सिद्धू ने कहा कि मुख्यमंत्री उन्हां नूं अपना पुत्तर कहिंदे हन पर हां कि ना इह तां उही जाणदे हन। पंजाब दे सिक्ख्या विभाग वालों 1 to 30 June तक पंजाब दे सारे सरकारी प्राइवेट एडेड अते मानता प्राप्त स्कूलों विच गर्मी दियां छुट्टियां दा ऐलान कर दिता गया है। सारे स्कूल मुड़ 1 July नूं 8 बजे खुलेंगे। की तुसी विदेश च अपना करियर बनाना चाहते हो की थानू इंग्लिश बोलन च परेशानी हो रही है ता आज ही ज्वाइन करो लर्निंग पॉइंट IELTS एंड इमिग्रेशन इंस्टीट्यूट अते पढ़ो ऑस्ट्रेलिया दिया टॉप यूनिवर्सिटीज विच विद 6 ओवरऑल बैंड दे नाल अते पढ़ो सारी फीस वीजा लगन तो बाद एडवांस ओनली एम्बेसी फीस।
ਤੇ 6 ਤੋਂ 8 ਬੈਂਡ ਦੀ ਗਾਰੰਟੀ ਬੈਂਡ ਨਾ ਆਉਣ ਤੇ ਪੂਰੀ ਫੀਸ ਵਾਪਸ ਦੈਨ ਵਿਜ਼ਿਟ ਟੂ ਲਰਨਿੰਗ ਪੁਆਇੰਟ ਇੰਸਟੀਟਿਊਟ ਬੈਂਕ ਬਾਜ਼ਾਰ ਓਪੋਜ਼ਿਟ HDFC ਬੈਂਕ ਰਾਮਪੁਰਾ ਫੂਲ ਐਂਡ ਬਰਨਾਲਾ ਰੋਡ ਨੀਅਰ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ ਹੋਰ ਜਾਣਕਾਰੀ ਲਈ ਸੰਪਰਕ ਕਰੋ ਰਾਮਪੁਰਾ ਫੂਲ ਦੇ ਨੰਬਰ 9517190016 ਅਤੇ ਬਿਲਾਸਪੁਰ ਦੇ ਨੰਬਰ 8559044004 ਤੇ You are watching NC7 News. To give advertisement for flash ad, video ad and paid stories on this channel, contact us on 9855858559.